ਗਵਾਲਾ ਦੁੱਧ ਪਾ ਰਿਹਾ ਸੀ ਤੇ ਲੋਕੀ ਕਤਾਰ 'ਚ ਖਲੋਤੇ ਸਨ ਪੁੱਛਦਾ ਸੀ ਕਿੰਨਾ ਦੁੱਧ ਲੈਣਾ ਹੈ ਉਹ ਮਾਤਮਾ ਕੇ ਦੁੱਧ ਦੇ ਜਾ ਇੱਕ ਬੰਦਾ ਆਇਆ ਉਹ ਕਤਾਰ 'ਚ ਨਹੀਂ ਲੱਗਾ ਸਿੱਧਾ ਹੀ ਆ ਗਿਆ ਕਿਉਂ 'ਚ ਨਹੀਂ ਲੱਗਾ ਪੰਕਤੀ 'ਚ ਨਹੀਂ ਲੱਗਾ ਆ ਗਿਆ ਸਿੱਧਾ ਉਹਨੂੰ ਪੁੱਛਣਾ ਵੀ ਨਹੀਂ ਵੀ ਕਿੰਨਾ ਦੁੱਧ ਦਿਆ ਕਿੰਨਾ ਲੈਣੀ ਸੇਰ ਲੈਣੀ ਅੱਧ ਸਿਰ ਲੈਣੀ ਚਲੋ ਉਹ ਕਿਲੋ ਵੀ ਕਹਿੰਦੇ ਸਨ ਸਾਡੇ ਲੀਟਰ ਦੀ ਥਾਂ ਤੇ ਨਾ ਉਹਨੇ ਬਸ ਉਹਦਾ ਭਾਂਡਾ ਲਿਆ ਡਬੋ ਕੇ ਦੁੱਧ ਚੋਂ ਭਾਂਡੇ ਵੱਡੇ ਚੋਂ ਕਹਿੰਦਾ ਲੈ ਲੈ ਜਾ ਕਹਿੰਦੇ ਨੇ ਸੱਜਣ ਲੱਗਾ ਸੀ ਕਤਾਰ 'ਚ ਉਹਦੀ ਵਾਰੀ ਆਈ ਕਹਿੰਦਾ ਵੀ ਦੁੱਧ ਮੈਂ ਤਾਂ ਬਾਅਦ 'ਚ ਲਾਂਗਾ ਪਹਿਲਾਂ ਮੈਨੂੰ ਸਵਾਲ ਦਾ ਇੱਕ ਉੱਤਰ ਦੇ ਉਹ ਆਉਂਦਾ ਵੀ ਮੈਨੂੰ ਇੱਕ ਗੱਲ ਦੱਸ ਉਹ ਬੰਦਾ ਇੱਕ ਤਾਂ ਕਤਾਰ 'ਚ ਨਹੀਂ ਲੱਗਾ ਦੂਜੀ ਗੱਲ ਸਿੱਧਾ ਆਇਆ ਤੂੰ ਹਰ ਬੰਦੇ ਜਿਹਨੇ ਪਾਈਆ ਦੁੱਧ ਲੈਣਾ ਉਹ ਤੂੰ ਪੁੱਛਣਾ ਕਿੰਨਾ ਲੈਣਾ ਹੀ ਉਹ ਸਿੱਧਾ ਆ ਗਿਆ ਤੂੰ ਡੋਬ ਕੇ ਭਾਂਡਾ ਭਰ ਕੇ ਉਹਨੂੰ ਤੋੜ ਦਿੱਤਾ ਨਹੀਂ ਪੁੱਛਿਆ ਕਿ ਕਿੰਨਾ ਲੈਣੇ ਕਿੰਨੇ ਪੈਸੇ ਦੇਏਗਾ ਉਹ ਦੁੱਧ ਦੇਣ ਵਾਲੇ ਨੇ ਕਿਹਾ ਗਵਾਲੇ ਨੇ ਕਹਿੰਦਾ ਉਹ ਮੇਰਾ ਯਾਰ ਹੈ ਤੇ ਯਾਰਾਂ ਨਾਲ ਲੇਖੇ ਨਹੀਂ ਕਰੀਦੇ ਹੁੰਦੇ ਉਹਨੂੰ ਇੰਨੀ ਸੱਟ ਵੱਜੀ ਕਹਿੰਦਾ ਉਹ ਬੰਦਿਆ ਤੇਰਾ ਯਾਰ ਤੇ ਤੂੰ ਲੇਖਾ ਨਹੀਂ ਕਰਦਾ ਉਹ ਮਨਾ ਤੂੰ ਰੱਬ ਨੂੰ ਯਾਰ ਕਿਉਂ ਨਾ ਬਣਾ ਲਾ ਲੇਖਾ ਉਹ ਵੀ ਕੋਈ ਨਹੀਂ ਕਰਦਾ ਤੂੰ ਯਾਰੀ ਬਣਾ ਦੇ ਮੁਹੱਬਤ ਬਣਾ